ਬਠਿੰਡਾ ਦੀ ਨਵੀਂ ਬਸਤੀ ਦੇ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਪੁਲਿਸ ਦੇ ਮੁਤਾਬਕ ਵਿਆਹੁਤਾ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ, ਜਦਕਿ ਵਿਆਹੁਤਾ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ਤੇ ਦਾਜ ਨਾ ਮਿਲਣ ਕਰਕੇ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਨੇ। ਸਾਡੇ ਕੋਲ ਕੱਲ ਫੋਨ ਆਇਆ ਜੀ, ਲੜਕੀ ਦਾ ਪੁਨੀਤ ਜੀ ਹੈ ਜੀ, ਪੁਨੀਤ ਗਰਗ ਦਾ ਜੀ, ਕਹਿੰਦਾ ਵੀ ਤੁਸੀਂ ਆਪਦੀ ਲੜਕੀ ਨੂੰ ਆ ਕੇ ਲੈ ਜਾਓ ਅਤੇ ਨਹੀਂ ਅਸੀਂ ਮਾਰ ਦਾਂਗੇ ਲੜਕੀ। ਅਸੀਂ ਆਖਿਆ ਚਲੋ ਕੋਈ ਗੱਲ ਨਹੀਂ ਜੀ, ਆ ਕੇ ਲੈ ਜਾਂਗੇ ਅਸੀਂ। ਫਿਰ ਉਹਨਾਂ ਦਾ ਸ਼ਾਮੀ ਫੋਨ ਆਉਂਦਾ ਜੀ, ਕਹਿੰਦਾ ਜੀ ਨਾ ਉਹ ਕਹਿੰਦਾ ਸਰ ਗਿਆ ਜੀ, ਇਹ ਦੁਆ ਸਾਡੇ ਕੋਲ ਕੋਈ ਫੋਨ ਨਹੀਂ ਆਇਆ। ਪਹਿਲਾਂ ਸਾਡੇ ਕੋਲ ਫੋਨ ਆਉਂਦੇ ਰਹਿੰਦੇ ਸੀਗੇ ਜੀ ਦਾਜ ਵਗੈਰਾ ਵਾਸਤੇ, ਵੀ ਸਾਨੂੰ ਰੁਪਈਏ ਚਾਹੀਦੇ ਆ ਜੀ, ਕਦੇ ਕੋਈ ਚੀਜ਼ ਆਈਟਮ ਭੇਜਦੇ ਸੀ ਉਹ ਪਸੰਦ ਨਹੀਂ ਆਉਂਦੀ ਸੀ ਇਹਨਾਂ ਦੇ, ਕਦੇ ਕੁਛ ਡਿਮਾਂਡ ਕਰਦੇ ਸੀ ਕਦੇ ਕੋਈ ਡਿਮਾਂਡ ਕਰਦੇ ਸੀਗੇ ਜੀ। 15 ਕੁ ਦਿਨ ਹੋ ਗਏ ਜਾ ਕੇ ਵੀ ਆਏ ਉਹਦੇ, ਇਹਨਾਂ ਨੇ ਲੜਕੀ ਕੁੱਟੀ ਹੈ ਜੀ, ਗੱਲਾਂ ਗੁੱਲਾਂ ਸੁੱਜੀਆਂ ਪਈਆਂ ਸੀਗੀਆਂ ਜੀ, ਬਹੁਤ ਜ਼ਿਆਦਾ ਕੁੱਟੀ ਹੈ ਲੜਕੀ। ਬਸ ਸਾਡੇ ਕੋਲ ਕੱਲ੍ਹ ਫੋਨ ਆਇਆ ਜੀ, ਲਾਸਟ ਤੋਂ ਬਾਅਦ ਸਾਡੇ ਕੋਲ ਸੁਬਹ ਫੋਨ ਆਇਆ ਵੀ ਕੁੜੀ ਦੀ ਡੈਥ ਹੋ ਗਈ। ਕਾਰਨ ਤਾਂ ਜੀ ਰੁਪਈਆਂ ਦੀ ਡਿਮਾਂਡ ਕਰਦੇ ਸੀਗੇ ਜੀ, ਉਹ ਕੋਈ ਵੀ ਸਮਾਨ ਭੇਜਦੇ ਸੀਗੇ ਜੀ ਪਸੰਦ ਨਹੀਂ ਆਉਂਦਾ ਸੀ, ਬਸ ਇਨਸਾਫ ਮਿਲਣਾ ਚਾਹੀਦਾ ਜੀ। ਪੁਨੀਤ ਗਰਗ ਜੀ, ਠੀਕ ਹੈ, ਉਹਦੇ ਪਿਤਾ ਜੀ, ਮਾਤਾ ਜੀ, ਸਾਡੇ ਕੋਲ ਪੁਨੀਤ ਗਰਗ ਦਾ ਫੋਨ ਆਉਂਦਾ ਸੀਗਾ ਜੀ, ਪਰ ਡਿਮਾਂਡ ਤਾਂ ਕੋਈ ਵੀ ਆਈਟਮ ਭੇਜਦੇ ਸੀਗੇ ਜੀ ਪਸੰਦ ਨਹੀਂ ਆਉਂਦੀ ਸੀ, ਉਹਨਾਂ ਦੇ ਜਗ੍ਹਾ ਲੈਤੀ ਸੀ ਉਹਨਾਂ ਨੇ 75 ਲੱਖ ਰੁਪਏ ਦੀ, ਪੈਸੇ ਦੀ ਸ਼ੋਰਟੇਜ ਵਾਸਤੇ ਉਹਨਾਂ ਵਾਸਤੇ ਫੋਨ ਕਰਦੇ ਵੀ ਸਾਨੂੰ ਪੇਮੈਂਟ ਚਾਹੀਦੀ ਹੈ, ਅਸੀਂ ਰਜਿਸਟਰੀ ਵਗੈਰਾ ਕਰਾਉਣੀ ਹੈ ਜੀ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਲੜਕੀ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਾਨੂੰ ਇੱਕ ਇਨਫੋਰਮੇਸ਼ਨ ਗਈ ਸੀਗੀ ਇੱਥੋਂ ਹਸਪਤਾਲ ਦੇ ਵਿੱਚੋਂ, ਇੱਕ ਲੇਡੀ ਰੂਬੀ ਦੀ ਹੈ, ਵਾਈਫ ਆਫ ਪੰਡਿਤ ਹੈ ਜਿਹੜਾ ਨਵੀਂ ਬਸਤੀ ਰਹਿਣ ਵਾਲੀ ਹੈ ਬਠਿੰਡੇ ਦੀ, ਉਹਦੀ ਡੈਡ ਬੋਡੀ ਸੇ ਬਸ ਕਰ ਸਕਦੀ ਹੈ। ਇੱਥੇ ਆਏ ਹਾਂ ਅਸੀਂ, ਮੈਂ ਡੈਡ ਬੋਡੀ ਦੇਖੀ ਹੈ, ਉਹਦੇ ਪੇਰੈਂਟਸ ਨੂੰ ਬੁਲਾਇਆ ਹੋਇਆ, ਜੋ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਅਸੀਂ ਕਰ ਰਹੇ ਨਹੀਂ, ਉਹਦੇ ਬਾਰੇ ਮੈਨੂੰ ਨਹੀਂ ਪਤਾ ਜੀ, ਮੈਨੂੰ ਨਹੀਂ ਪਤਾ ਜੀ। ਮੌਤ ਕਿਸ ਤਰ੍ਹਾਂ ਹੋਈ ਹੈ ਜੀ? ਮੌਤ ਜਿਹੜਾ ਮੈਂ ਡਾਕਟਰ ਸਾਹਿਬ ਨੂੰ ਨਾਲ ਲੈ ਗਿਆ ਸੀ, ਹੈਂਗਿੰਗ ਹੈਗੀ, ਬਾਕੀ ਸਾਰਾ ਕਲੀਅਰ ਪੋਸਟਮਾਰਟਮ ਤੋਂ ਹੋਊ। ਤੁਸੀਂ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ, 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ, IPMT ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਿਲਾ ਇਹ ਸੰਸਥਾ 10ਵੀਂ ਅਤੇ +2 ਤੋਂ ਬਾਅਦ ਗੌਰਮੈਂਟ ਅਤੇ ISO ਸਰਟੀਫਾਈਡ ਡਿਪਲੋਮੇ OT, DMLT, ਐਕਸਰੇ, ਆਪਥਲਮਿਕ ਅਸਿਸਟੈਂਟ, ECG, ਫਿਜ਼ੀਓਥੈਰੇਪੀ, ਹੁਣ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਵਿਦਿਆਰਥੀ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ, ਲਾਈਵ ਪ੍ਰੋਜੈਕਟਰ, ਸਲਾਈਡ ਪ੍ਰੋਜੈਕਟਰ, ਓਵਰਹੈਡ ਪ੍ਰੋਜੈਕਟਰ, DMLT ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ, ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ, 0175-2581-93-560-91-560, 90-567-90-022, www.gurunanakinstitute.com।